ਉੱਚਾ ਟਿੱਬਾ ਗਾ ਇਹਦੇ ਉੱਤੇ ਲੱਗਦਾ ਹੁੰਦਾ ਮੇਲਾ ਤੇ ਦੇਖੋ ਜੀ ਜਿਹੜਾ ਇਹ ਉੱਚਾ ਟਿੱਬਾ ਗਾ ਇਹਦੇ ਉੱਤੇ ਲੱਗਦਾ ਹੁੰਦਾ ਮੇਲਾ ਤੇ ਇੱਥੇ ਲੈ ਕੇ ਚੱਲਦਾ ਜੀ ਤੁਹਾਨੂੰ। ਆਹ ਛੋਟਾ ਜਿਹਾ ਮੇਲਾ ਲੱਗਦਾ ਹੁੰਦਾ ਬਸ ਮੇਰੇ ਨਾਨਕੀ ਛੋਟੀਆਂ ਦੁਕਾਨਾਂ ਹੁੰਦੀਆਂ ਨੇਗੀਆਂ ਤੇ ਉੱਧਰਲੇ ਪਾਸੇ ਤਲਾਈ ਹੈਗੀ ਬਸ ਨਾ ਉਹਨੂੰ ਇੰਨਾ ਕੀ ਹੈਗਾ ਇਹ ਟਿੱਬੇ 'ਤੇ ਹੈਗਾ ਸਾਰਾ ਬਣਿਆ ਹੋਇਆ ਅਤੇ ਇਹਦੇ ਵਿੱਚ ਫਿਰ ਇੰਨਾ ਕੀ ਬਸ ਛੋਟਾ ਜਿਹਾ ਲੱਗਦਾ ਉਰੇ ਮੇਲਾ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਅਤੇ ਇਸ 'ਚ ਆਪਾਂ ਘੁੰਮਣ ਆ ਗਏ ਬਸ ਇੱਥੇ ਤੱਕ ਆ ਅਤੇ ਇੱਧਰ ਸਾਰਾ ਇਹ ਟਿੱਬਾ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋਵੋਗੇ ਅਤੇ ਬਸ ਇੱਥੇ ਇਹ ਗੰਨੇ ਦੀਆਂ ਰੇਹੜੀਆਂ ਹੁੰਦੀਆਂ ਨੇ ਦੋ ਤਿੰਨ ਕ ਉੱਧਰ ਬਸ ਕੁਲਫੀ ਵਾਲੀ ਆ ਬਸ ਛੋਟਾ ਜਿਹਾ ਹੈਗਾ ਇਹ ਪਾਰਕਿੰਗ ਹੈਗੀ ਅਤੇ ਆਹ ਹੁਣ ਆਪਾਂ ਨਹਾਉਣੇ ਆਗੇ ਸਿਮਰਾ ਵੀ ਆਪਣੇ ਨਾਲ ਅਤੇ ਸਿਮਰਾ ਮੰਨ ਨਹੀਂ ਰਿਹਾ ਹੈਗਾ ਕਹਿੰਦਾ ਸਿਮਰਾ ਕਹਿੰਦਾ ਮੈਂ ਨਹੀਂ ਕਹਿੰਦਾ ਨਹਾਉਂਦਾ ਤਲਾਈ 'ਚ ਬੱਬੂ ਦੀ ਇਹਦੀ ਇਹਦੀ ਪੂਰੀ ਇੱਛਾ ਬੱਬੂ ਦੀ ਬੱਬੂ ਨੂੰ ਚਾਹੇ ਹੁਣ ਕਹਿੰਦਾ ਛਾਲ ਮਾਰ ਨੂੰ ਤਾਂ ਵੀ ਲੰਘ ਜੂਗਾ ਹੋਰ ਸਿਮਰਾ ਸੰਗ ਦੇ ਇਹਨੂੰ ਕੁੜੀਆਂ ਵਾਲੇ ਚਲਾ ਗਏ ਚੱਲ ਤੂੰ ਉੱਧਰ ਨਾ ਆਇਆ ਹੋਰ ਤਲਾਈ 'ਚ ਆ ਗਏ ਜੀ ਤੇ ਨਹਾਉਣ ਲੱਗ ਰਹੀ ਆਹ ਪਿੱਛੇ ਦੇਖੋ ਸਾਰੇ ਪਿੰਡ ਦੇ ਮੁੰਡੇ ਉਹ ਖੜਾ ਇੱਕ ਮੁੰਡਾ ਚਾਰ ਸਾਲ ਦੇਖੋ ਕੱਲੀ ਮੇਰੀ ਡੋਬ ਹੈਗੀ ਬਸ ਇੰਨਾ ਕੁ ਪਾਣੀ ਹੈਗਾ ਕਿਉਂ ਨਾਲ ਆਜੋ ਆ ਦੇਖੋ ਸਾਰੇ ਤੁਹਾਨੂੰ ਕਹਿ ਰਹੇ ਨੇ ਆ ਦੇਖੋ ਇੰਜੋਏ ਫੁੱਲ ਚੱਲ ਰਿਹਾ ਹੈਗਾ ਇੱਥੇ ਮੇਲੇ 'ਚ ਨਾਲੇ ਨਹਾਉਂਦੇ ਹੈਗੇ ਓਏ ਉਹ ਬਲਾਉ ਚਾ ਰਹੇ ਹੁਣ ਤੁਸੀਂ ਤੁਹਾਨੂੰ ਦਾਰਾਮ ਸਿੱਧੂ ਦਾਰਾਮ ਸਿੱਧੂ ਦੇ ਨਾਂ ਤੇ ਚੈਨਲ ਹੈ ਗਵਾਂਢੀ ਆਪਣਾ ਮੰਗੂ ਤੇ ਛਾਲ ਮਾਰ ਨੂੰ ਤਿਆਰ ਬਾਕੀ ਅੱਗੇ ਦਿਖਾਵਾਂਗੇ ਤੇ ਹੁਣ ਮੈਂ ਨਿਆਰੇ ਨਾਲ ਨਹਾਉਣਾ ਬੁਲਾ ਜੀ ਫੇਰ ਕਰਾਂਗੇ ਅਤੇ ਜਦ ਨਹਾਉਣ ਲੱਗ ਰਹੇ ਸੀ ਅਤੇ ਉਦੋਂ ਬਾਅਦ 'ਚੋਂ ਮੈਨੂੰ ਪਤਾ ਲੱਗਿਆ ਹੈਗਾ ਕਿ ਬਾਅਦ 'ਚੋਂ ਮਾਸੀ ਹੋਰ ਵੀ ਆਏ ਨੇ ਸਾਰੇ ਇੱਧਰ ਇਹ ਫੁੱਫੜ ਖੜੇ ਨੇਗੇ ਜੀ ਅਤੇ ਉੱਧਰ ਭੂਆ ਖੜੀ ਹੈਗੀ ਇਹ ਸਾਰੇ ਆਏ ਨੇਗੇ ਨਾਲ ਅਤੇ ਜੀ ਦੇਖੋ ਅਤੇ ਇੱਥੇ ਸਾਰੇ ਹੁਣ ਅਸੀਂ ਇਕੱਠੇ ਮੱਥਾ ਮੁੱਥਾ ਟੇਕਿਆ ਅਤੇ ਵਧੀਆ ਇੰਜੋਏ ਕਰਨ ਲੱਗ ਰਿਹਾ ਕਿ ਮੇਲਾ ਘੁੰਮ ਰਹੇ ਹਾਂਗੇ ਲੈ ਲਿਆ ਖੰਡਾ ਫਿਰ ਉਹਦੇ ਵਿੱਚ ਸੈੱਟ ਕਰਨ ਲੱਗ ਰਿਹਾ ਦੋਨੇ ਭਾਈਆਂ ਨੇ ਸੇਮ ਤਰੀਕੇ ਦਾ ਇੱਕ ਖੰਡਾ ਲੈ ਲਿਆ ਮਾਸੜ ਜੀ ਗਏ ਦੀ ਕਹਿੰਦੇ ਮੇਰਾ ਨਾਂ ਨਹੀਂ ਤੁਸੀਂ ਨੇ ਲਿੱਤਾ ਇਹ ਨੇ ਆਪਣੇ ਮਾਸੜ ਜੀ ਅਨਿਰੁੱਧ ਦੇ ਡੈਡੀ ਨੇ ਗੇ ਜੇ ਤੁਸੀਂ ਨੇ ਅਨਿਰੁੱਧ ਤੁਹਾਨੂੰ ਦਿਖਾਊਂਗਾ ਹਾਂ ਆਪਾਂ ਹੈਗੇ ਪੱਤਰਕਾਰ ਨੇ ਪੇਸ਼ੇ ਦੇ ਰਾਮ ਸਿੰਘ ਸਿੱਧੂ ਬਹੁਤ ਮਿਹਨਤ ਕਰ ਰਿਹਾ ਹੈਗਾ ਛੋਟੀ ਉਮਰ 'ਚ ਵਧੀਆ ਨਵੀਆਂ ਪੈੜਾਂ ਪਾ ਰਿਹਾ ਹੈ ਮੇਰੀ ਬੇਨਤੀ ਆ ਕਿ ਇਹਨੂੰ ਸਪੋਰਟ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਫੋਲੋ ਕਰੋ ਥੈਂਕ ਯੂ ਧੰਨਵਾਦ ਜੀ ਧੰਨਵਾਦ ਜੀ ਸਪੋਰਟ ਕਰਨ ਵਾਸਤੇ ਜੀ ਅਤੇ ਹੁਣ ਸਾਰੇ ਪੀ ਰਹੇ ਜੂਸ ਜੀ ਇੱਥੋਂ ਮਾਸੀ ਮਾਸੜ ਹੋਰ ਚੱਲੇ ਜੀ ਅਤੇ ਆਹ ਲੋਈ ਬਾਗੇ ਸਾਰੇ ਵਾਏ ਵਾਏ ਕੀ ਕਹੇਗਾ ਬਲੌਗਰ
ਉਹ ਛੋਟੇ ਬਲੌਗਰ ਕੀ ਕਹੇਗਾ ਹਾਂ ਇਸੀ ਖੇਤ ਜਾ ਰਹੇ ਕਿ ਤੁਸੀਂ ਇਸੀ ਕਿਤੇ ਹੋਰ ਜਾਂਦੇ ਹੱਥ ਲੈ ਕੇ ਕੀ ਲੈ ਕੇ ਹੱਥ ਲੈ ਕੇ ਬਹੁਤ ਹੈ ਇਹ ਬਹੁਤ ਕਹਿ ਬਹੁਤ ਲੈ ਕੇ छोटा ब्लॉगर है अपना देखो ये करता असली ब्लॉगिंग ते आ गई खेत बस हुण खेत आ सारी आ जिहड़े फाने ਆ ਜਿਹੜੇ ਫਾਨੇ ਕਰਚੇ ਇਕੱਠੇ ਹੋਏ ਨੇ ਇਹਨਾਂ ਨੂੰ ਹੁਣ ਕੱਢਦੇ ਹਾਂ ਬਾਹਰੇ ਅਤੇ ਫਿਰ ਇੱਥੇ ਝੋਨਾ ਲੱਗੂਗਾ ਕਿਆ ਬਾਬੂ ਦਿਖਾਉਂਦਾ ਅੱਛਾ ਤੈਂ ਵੀ ਕਰਨੀ ਸ਼ੂਟਿੰਗ ਕੋਈ ਨਾ ਤੈਨੂੰ ਮੇਲੇ ਤੋਂ ਆ ਕੇ ਅੱਜ ਤਾਂ ਮੇਲੇ 'ਚ ਸੀ ਇਹਨਾਂ ਕੋਲ ਗਏ ਨਹੀਂ ਹੈਗੇ ਖੇਤ ਜਿੱਥੇ ਜੀਰੀ ਲਾ ਰਹੇ ਸੀ ਅਤੇ ਕਿਉਂ ਕਿਵੇਂ ਵਧੀਆ ਵਧੀਆ ਕਹਿੰਦਾ ਕੱਬੇ ਨੇ ਇਹ ਬੰਦੇ ਹਰੇ ਅਤੇ ਬਹੁਤ ਵੱਟਣ ਲੱਗ ਰਹੇ ਹੁਣ ਇਹਨੇ ਦਿਖਾਉਣੇ ਸਾਨੂੰ ਇਹ ਕਿੱਥੇ ਰਹਿੰਦੇ ਨੇ ਗੇ ਆਹ ਮੋਟਰ ਹੈ ਜੀ ਇਹਨਾਂ ਦਾ ਪਾਣੀ ਆ ਉਹੀ ਰਾਜੂ ਲਾਂਗਰੀ ਕਿਉਂ ਰਾਜੂ ਕੈਸਾ ਵਧੀਆ ਆਪਦਾ ਖਾਣਾ ਪਕਾਉਣ ਲੱਗ ਰਿਹਾ ਇਹ ਚੱਪਲਾਂ ਕੱਢ ਕੇ ਆਉਂਦੇ ਨੇ ਇੱਥੇ ਅਤੇ ਇੱਥੇ ਰਹਿੰਦੇ ਨੇ ਇਹਨਾਂ ਦੀਆਂ ਛੱਟੀਆਂ ਆ ਸਾਰਾ ਇਹਨਾਂ ਦਾ ਆਹ ਦੇਖੋ ਸਬਜ਼ੀ ਸੁਬਜ਼ੀ ਇੱਥੇ ਪਈ ਹੈ ਸਾਰੀ ਸਾਰਾ ਕੁਛ ਪਿਆ ਇਹਨਾਂ ਦਾ ਨੂਨ ਨਾਨ ਹੋਰ ਆਹਦੇ ਕੱਪੜੇ ਇੱਥੇ ਪੈਂਦੇ ਨੇ ਕਈ ਬਈਏ ਤਾਂ ਕਈ ਜਾਣੇ ਇੱਥੇ ਪੈਂਦੇ ਨੇਗੇ ਅਤੇ ਕੁਛ ਜਾਣੇ ਉੱਤੇ ਪੈਂਦੇ ਨੇਗੇ ਇਹਦੇ ਉੱਤੇ ਪੈਂਦੇ ਨੇਗੇ ਅਤੇ ਆਹ ਤਾਂ ਅਸੀਂ ਤਿਆਰ ਹਾਂਗੇ ਹੁਣ ਜਾਂਦੇ ਘਰੇ ਅਸੀਂ ਬਾਏ ਬਾਏ ਕਰਨੀ ਹੈ ਕਹਿੰਦਾ ਮੈਂ ਐਨਕ ਲਾਓ ਜੀ ਐਨਕ ਤੂੰ ਅੱਡ ਵਿੱਚ ਐਨਕ ਲਾਓ ਬਈ ਐਨਕ ਲਾਓ ਖੜਦੇ 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 ਕਿਉਂ ਲਈਏ ਚਾਚਾ ਰੌਲਾ ਨਾ ਪਾਓ ਬਈ ਅੱਛਾ ਤੂੰ ਆ ਚਾਚਾ ਵਾ ਠੀਕ ਆ ਫਿਰ ਅਸੀਂ ਵੀ ਤਾਂ ਚਾਚੀ ਹੈਗੇ ਤੂੰ ਬਈ ਇਹ ਦੇਖੋ ਇਹ ਡਾਇਰੈਕਟਰ ਹੈਗਾ ਇਹ ਤਾਂ ਬੰਦਾ ਡਾਇਰੈਕਟਰ ਹੈ ਹਨਾ ਮਾਮਾ ਹੈਗਾ ਡਾਇਰੈਕਟਰ ਹੈ ਤਾਂ ਇਹ ਵੀਡੀਓ ਬਣਾਉਣ ਚ ਮੂਹਰੇ ਰਹਿੰਦਾ ਕਹਿੰਦਾ ਮੈਨੂੰ ਵੀਡੀਓ ਦੱਸਿਆ ਕਰੋ ਉਹਦੇ ਤਾਂ ਇਹ ਮੂਹਰੇ ਬੰਦਾ ਇਹ ਤਾਂ ਕਹਿੰਦੇ ਮੇਲੇ ਤੋਂ ਫੇਸ ਨੀ ਦਿਖਾਇਆ ਹੈਗਾ ਉਹ ਇਸ ਕਰਕੇ ਦਿਖਾਇਆ ਸੀ ਜਿਹੜੀ ਮੇਰੀ ਟਰਬਨ ਸੀ ਇਹ ਪੱਗ ਸੀ ਗਿੱਲੀ ਹੋ ਗਈ ਸੀਗੀ ਉੱਥੇ ਤਲਾਈ ਚ ਨਹਾਉਣ ਕਰਕੇ ਤੇ ਫਿਰ ਮੈਂ ਪੱਗ ਉਤਾਰਤੀ ਸੀਗੀ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦਾ ਹੈਗਾ ਕਿ ਜਿਵੇਂ ਹੁਣ ਆਪਾਂ ਮੈਂ ਵਲੌਗਿੰਗ ਕਰ ਰਿਹਾ ਹੁਣ ਬੋਲ ਰਿਹਾ ਹੈਗਾ ਅਤੇ ਹੁਣ ਤਾਂ ਜੇ ਮੈਂ ਕੋਈ ਬੇਝਿਜਕ ਹੋ ਕੇ ਬੋਲੀ ਆਉਂ ਕਿ ਇਕੱਲਾ ਮੈਂ ਇਸ ਕਮਰੇ ਦੇ ਵਿੱਚ ਕਿ ਜਿਵੇਂ ਕੋਈ ਮੈਨੂੰ ਜਾਣਨ ਵਾਲਾ ਜਾਂ ਕੋਈ ਰਿਸ਼ਤੇਦਾਰ ਖੜਿਆ ਹੈ ਨਾ ਮੂਹਰੇ ਕੋਈ ਮੇਰੇ ਕਿ ਜਮਾਂ ਉਹਨੂੰ ਉੱਥੇ ਵਲੌਗਿੰਗ ਕਰਦੇ ਨੂੰ ਬੜੀ ਸੰਗ ਜਿਹੀ ਲੱਗਦੀ ਹੈਗੀ ਕਿ ਉੱਥੇ ਕਿ ਇੰਨੀ ਹੁੰਦੀ ਨਹੀਂ ਵਧੀਆ ਤਰੀਕੇ ਨਾਲ ਅਤੇ ਬਸ ਹੁਣ ਆ ਗਈ ਘਰੇ ਅਤੇ ਤੁਹਾਨੂੰ ਮੈਂ ਹੋਰ ਜਾਣਕਾਰੀ ਦੇਣਾ ਚਾਹੂੰਗਾ ਜੀ ਆਪਣੇ ਤੁਸੀਂ ਥੱਲੇ ਦੇਖ ਰਹੇ ਹੋਵੋਗੇ ਸਲੈਸ਼ ਹੀ ਸਾਰੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਅਕਾਊਂਟ ਹੈਗੇ ਨਹੀਂ ਅਤੇ ਤੁਸੀਂ ਉੱਥੇ ਜਾਓ ਇੰਸਟਾਗ੍ਰਾਮ 'ਤੇ ਫੇਸਬੁੱਕ ਪੇਜ 'ਤੇ ਹੀ ਸਨੈਪਚੈਟ ਟਵਿੱਟਰ ਸਾਰੇ ਕਿਤੇ ਹੀ ਆਪਣੇ ਜਾਓ ਜੀ ਉੱਥੇ ਮੇਰੇ ਅਕਾਊਂਟ 'ਤੇ ਜਾ ਕੇ ਜ਼ਰੂਰ ਵਿਜ਼ਿਟ ਕਰੋ ਜੀ ਅਤੇ ਅਸੀਂ ਆਪਦਾ ਪਿਆਰ ਉੱਥੇ ਵੀ ਦਿਓ ਜੀ ਅਤੇ ਉੱਥੇ ਵੀ ਤੁਹਾਨੂੰ ਬੜੀਆਂ ਵਧੀਆ ਵਧੀਆ ਚੀਜ਼ਾਂ ਦੇਖਣ ਨੂੰ ਮਿਲਿਆ ਕਰਨਗੀਆਂ ਜੀ ਅਤੇ ਇਸੇ ਤਰ੍ਹਾਂ ਜਿਵੇਂ ਤੁਸੀਂ ਇੱਥੇ ਯੂਟਿਊਬ 'ਤੇ ਵਧੀਆ ਸਪੋਰਟ ਕਰ ਰਹੇ ਹੋ ਪਲੈਟਫਾਰਮਾਂ 'ਤੇ ਵੀ ਜਾਓ ਜੀ ਮੇਰੇ ਨਾਲ ਸਪੋਰਟ ਕਰੋ ਜੀ ਵਧੀਆ ਅਤੇ ਆਪਾਂ ਬਲੌਗ ਦਾ ਕਰਦੇ ਹਾਂ ਜੀ ਇੱਥੇ ਐਂਡ ਹੀ ਅਤੇ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਰਾਮ ਸਿੱਧੂ ਵੱਲੋਂ ਪਿਆਰ ਪਈ ਸਤਿ ਸ਼੍ਰੀ ਅਕਾਲ ਜੀ ਅਤੇ ਜਾਂਦੇ ਜਾਂਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਜੀ।